ਕਰਕੇ ਆਏ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਤੁਹਾਡੇ ਖਿਲਾਫ ਸੁਣੇ ਹੋਣੇ ਤੁਸੀਂ ਮੈਨੂੰ ਤਾਂ ਇੱਕ ਗੱਲ ਦੀ ਤਸੱਲੀ ਹੋ ਮੈਂ ਤਾਂ ਇਕੱਲੀ ਚੀਕਾਂ ਹੀ ਕਢਾਉਣੀਆਂ ਸੀ ਆਪ ਵਾਲਿਆਂ ਦੀ ਤੇ ਨਿਕਲ ਗਈ ਪਰ ਚੀਕਾਂ ਕਢਾਉਣ ਦਾ ਕਾਰਨ ਬੜਾ ਸਿੰਪਲ ਸੀ ਦੇਖੋ ਲੋਕਾਂ ਦਾ ਨਵੇਂ ਦਾ ਨਾ ਲੋਕਾਂ ਦੀ ਗੱਲ ਕਰੇ ਤੇ ਬਹੁਤ ਚੰਗਾ ਲੱਗਦਾ ਮੈਂ ਹਲਕੇ 'ਚ ਜਾਵਾਂ ਭਾਵੇਂ ਮੇਰਾ ਵਿਰੋਧੀ ਹੋਵੇ ਲੋਕ ਉਹਦੀ ਸ਼ਿਫਟ ਕਰਨ ਮੈਨੂੰ ਵੀ ਕੁਛ ਸਿੱਖਣ ਨੂੰ ਮਿਲਦਾ ਮੈਂ ਕਰਤਾਰਪੁਰ ਹਲਕੇ 'ਚ ਗਿਆ ਇੱਕ ਬੰਦਾ ਨਹੀਂ ਮੈਨੂੰ ਮਿਲਿਆ ਭਾਵੇਂ ਕੋਈ ਗਰੀਬ ਸੀ ਕੋਈ ਮੱਧਮ ਵਰਗ ਦਾ ਸੀ ਕੋਈ ਦਿਹਾੜੀ ਕਰਨ ਵਾਲਾ ਸੀ ਕੋਈ ਸਹਿੰਦਾ ਸੀ ਕਹਿੰਦਾ ਭਾਅ ਜੀ ਦਬਾਅ ਨਾ ਬਣਾਓ ਸਾਡੇ ਕੋਲ ਆਓ ਨਾ ਵੋਟ ਤੁਹਾਡੀ ਆ ਹਨੇਰੇ ਸਵੇਰੇ ਮੁੜ ਲਿਓ ਮੈਂ ਕਿਹਾ ਏਡਾ ਕੀ ਦਬਾਅ ਕਹਿੰਦਾ ਜੀ ਸਾਡੇ 'ਤੇ ਝੂਠਾ ਪਰਚਾ ਦਰਜ ਕਰਾ ਦੂੰ ਐਸ ਪੀ ਮੈਂ ਸੋਚਿਆ ਕੋਈ ਮੌਕੇ ਦਾ ਐਸ ਪੀ ਹੋਣਾ ਮੈਂ ਕਿਹਾ ਐਸ ਪੀ ਦਾ ਨਾਂ ਦੱਸੋ ਆਪਾਂ ਇਲੈਕਸ਼ਨ ਕਮਿਸ਼ਨ 'ਚ ਉਹਦੀ ਸ਼ਿਕਾਇਤ ਕਰ ਦਿਆਂਗੇ ਕਹਿੰਦਾ ਐਸ ਪੀ ਕਹਿਣ ਦਾ ਭਾਵ ਆ ਬਲਕਾਰ ਸੋਮ ਜਿਹੜਾ ਭੁਲੇਖੇ 'ਚ ਐਮ ਐਲ ਏ ਬਣ ਕੇ ਆ ਗਿਆ ਹੁਣ ਰੱਬ ਦਾ ਰੂਪ ਬਣਾਈ ਫਿਰਦਾ ਕਿਸੇ ਰੱਬ ਦੇ ਮੈਂ ਰੱਬ ਹੀ ਬਣ ਗਿਆ ਔਰ ਇਹਨੂੰ ਮੈਂ ਕਹਿੰਦਾ ਹਾਲੇ ਤਾਂ ਦਿਨ ਇੱਕ ਫੇਰਾ ਦਿੱਤਾ ਅਤੇ ਇੰਨੀਆਂ ਚੀਕਾਂ ਮਾਰੀ ਜਾਂਦਾ ਭਾਊ ਇੱਕ ਦਿਨ ਦਾ ਰਿਜ਼ਲਟ ਇਹ ਜੇ ਕਿਤੇ ਦੋ ਤਿੰਨ ਫਿਰ ਗਿਆ ਦੋ ਤਿੰਨ ਦਿਨ ਫਿਰ ਗਏ ਲੋਕਾਂ ਦੇ ਨਾਲ ਅਸੀਂ ਔਰ ਮੈਂ ਗੱਲ ਕੀ ਕੀਤੀ ਉਹਨੂੰ ਪ੍ਰੈਸ ਵਾਲੇ ਵੀਰਾਂ ਨੇ ਪੁੱਛਿਆ ਕਿ ਭਾਈ ਤੈਨੂੰ ਆਖਿਆ ਕੀ ਉਹਨੇ ਕਹਿੰਦਾ ਜੀ ਬੜੀ ਮਾੜੀ ਗੱਲ ਕਹੀ ਕਹਿੰਦਾ ਮਾੜਾ ਸ਼ਬਦ ਤਾਂ ਦੱਸ ਆਖਿਆ ਕੀ ਸ਼ਬਦ ਨਹੀਂ ਉਹਨੂੰ ਚੇਤੇ ਆਇਆ ਫਿਰ ਮੈਂ ਹਿਸਾਬ ਲਾਇਆ ਕਿ ਯਾਰ ਇਹ ਬਲਕੌਰ ਸਿੰਘ ਤਾਂ ਉਹੀ ਆ ਜਿਹੜਾ ਮੇਰੇ ਕੋਲ ਆਉਂਦਾ ਸੀਗਾ ਕਿ ਟਿਕਟ ਦੇ ਦੇ ਕਦੇ ਕਹਿੰਦਾ ਮੈਨੂੰ ਬਦਲੀ ਕਰਾ ਦੇ ਸਾਡੇ ਵੀ ਲੱਗਿਆ ਰਹਿੰਦਾ ਸੀ ਅੰਮ੍ਰਿਤਸਰ ਇਹਨੂੰ ਕੀ ਢਿੱਡ ਪੀੜ ਹੋਈ ਆ ਫਿਰ ਜਿਹੜੀ ਮੈਂ ਉਹਦੀ ਸ਼ਬਦਾਵਲੀ ਵੇਖੀ ਨਾ ਫਿਰ ਮੈਨੂੰ ਉਹ ਗੀਤ ਚੇਤਿਆ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਵਿੱਚ ਤੇਰਾ ਯਾਰ ਜੁਗਣੋ ਬੋਲ ਇਹ ਕੇਜਰੀਵਾਲ ਤੇ ਭਗਵੰਤ ਮਾਨ ਝੰਡੇ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਇਹਦੇ ਵਿਚਾਰੇ ਦੀ ਲੱਤਾਂ 'ਚ ਕਿਤੇ